ਐਸ ਐਸ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅਸੀਂ ਹੁਣ ਤੋਂ ਲੈ ਕੇ ਇੱਕ ਘੰਟਾ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਮੈਂ ਹਾਂ ਸਤਪਾਲ ਸਿੰਘ ਜੌਹਲ ਅਤੇ ਸਮੁੱਚੇ ਪ੍ਰੋਗਰਾਮ ਨੂੰ ਕੰਟਰੋਲ ਕੀਤਾ ਜਾਵੇਗਾ ਜਸਪ੍ਰੀਤ ਰੰਧਾਵਾ ਹੁਣਾਂ ਦੇ ਵੱਲੋਂ। ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਹਰ ਰੋਜ਼ ਐਸ ਐਸ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹਿੰਦੇ ਹੋ। ਅਤੇ ਇਹਨਾਂ ਪ੍ਰੋਗਰਾਮਾਂ ਨੂੰ ਕਿਸ ਤਰੀਕੇ ਦਾ ਤੁਹਾਡੀ ਸੇਵਾ ਦੇ ਵਿੱਚ ਤਿਆਰ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ ਉਸ ਦੇ ਬਾਰੇ ਆਪਣੀ ਸਲਾਹ ਵੀ ਦਿੰਦੇ ਰਹਿੰਦੇ ਹੋ। ਅਤੇ ਸੋਮਵਾਰ ਦੀ ਸ਼ਾਮ ਨੂੰ ਅਸੀਂ ਕਾਫੀ ਸਿਲਸਿਲੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਿਆ ਕਰਦੇ ਹਾਂ, ਜਾਣਕਾਰੀਆਂ ਲੈ ਕੇ ਆਇਆ ਕਰਦੇ ਹਾਂ। ਅਤੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਫਿਰ ਆਪਾਂ ਪੰਜਾਬ ਵੀ ਚੱਲਿਆ ਕਰਦੇ ਹਾਂ ਅਤੇ ਉੱਥੋਂ ਵੀ ਖਬਰਾਂ 'ਤੇ ਵਿਚਾਰ ਚਰਚਾ ਕਰਿਆ ਕਰਦੇ ਹਾਂ। ਅਤੇ ਆਓ ਫਿਰ ਪਹਿਲੇ ਸਿਲਸਿਲੇ ਦੇ ਵਿੱਚ ਅਸੀਂ ਚੱਲੀਏ ਬ੍ਰੈਂਪਟਨ, ਅਤੇ ਅੰਕਲ ਜੈਕਾਰ ਲਾਲ ਜੀ ਦੁੱਗਲ ਲਾਈਨ 'ਤੇ ਹਨ। ਅਤੇ ਸਭ ਤੋਂ ਪਹਿਲਾਂ ਅੰਕਲ ਜੀ ਨਿੱਘਾ ਸਵਾਗਤ। ਬੜੀ ਮਿਹਰਬਾਨੀ ਵੀਰ ਜੀ, ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਅਤੇ ਪਹਿਲਾਂ ਮੈਂ ਜ਼ਿਕਰ ਕਰਾਂਗਾ ਕਿ ਕੱਲ੍ਹ ਜਿਹੜਾ ਕਿ ਆਪਣੇ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਕੈਨੇਡਾ ਦੇ 150ਵੀਂ ਐਨਵਰਸਰੀ ਉੱਤੇ ਬੜਾ ਸ਼ਾਨਦਾਰ ਪ੍ਰੋਗਰਾਮ 8 ਘੰਟੇ ਚੱਲਿਆ, ਜਿਸ ਦੇ ਵਿੱਚ ਕਿ ਐਮ ਪੀ ਔਰ ਬੜੇ ਵੀ ਆਈ ਪੀ ਦੀ ਮੌਜੂਦਗੀ ਦੇ ਵਿੱਚ ਆਪਣੇ ਤੁਹਾਨੂੰ ਸ਼੍ਰੀ ਸਤਪਾਲ ਜੌਹਲ ਜੀ ਨੂੰ ਬਹੁਤ ਮਾਨ ਸਨਮਾਨ ਦਿੱਤਾ ਗਿਆ ਹੋਰ ਵੀ ਮਤਲਬ ਵਿਅਕਤੀਆਂ ਦੇ ਨਾਲ, ਉਸ ਦਾ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਵਾਹਿਗੁਰੂ ਕਰੇ ਕਿ ਇਸੇ ਤਰੀਕੇ ਨਾਲ ਤੁਸੀਂ ਐਜ਼ ਹੋਸਟ ਔਰ ਟੀ ਵੀ ਹੋਸਟ ਔਰ ਸੁਰਸਾਗਰ ਦਾ ਵੀ ਨਾਂ ਅਤੇ ਆਪਣਾ ਵੀ ਜਿਹੜਾ ਮਤਲਬ ਯਾਨੀ ਸੇਵਾ ਕਰ ਰਹੇ ਹੋ ਉਹਦੀ ਦਿਨ ਬ ਦਿਨ ਤੁਹਾਨੂੰ ਮਤਲਬ ਦਿਨ ਦੁੱਗਣੀ ਰਾਤ ਚੌਗਣੀ ਅਸੀਂ ਤਰੱਕੀ ਦੇ ਵਾਸਤੇ ਮਤਲਬ ਆਪਣਾ ਅਰਦਾਸ ਕਰਦੇ ਹਾਂ। ਥੈਂਕ ਯੂ ਅੰਕਲ ਜੀ, ਤੁਹਾਡਾ ਵੀ ਬਹੁਤ ਮਾਨ ਸਨਮਾਨ ਹੋਇਆ ਉੱਥੇ। ਹਾਂਜੀ ਨਹੀਂ ਉਹ ਠੀਕ ਹੈ ਕਿ ਤੁਹਾਡਾ ਜ਼ਿਆਦਾ ਜ਼ਰੂਰੀ ਹੈ, ਮੈਂ ਤਾਂ ਮੇਰਾ ਮਤਲਬ ਆਪਣਾ ਜਿਹੜਾ ਨਿਸ਼ਕਾਮ ਸੇਵਾ ਕਰ ਰਹੇ ਹਾਂ 12 ਸਾਲਾਂ ਤੋਂ, ਉਹਦਾ ਆਪਣੀ ਮਿਹਰਬਾਨੀ। ਅਤੇ ਦੂਸਰਾ ਮੈਂ ਜ਼ਿਕਰ ਕਰਾਂਗਾ ਆਉਣ ਵਾਲੇ ਸਿਰਫ 2 ਪ੍ਰੋਗਰਾਮਾਂ ਦੇ ਹੀ ਕਿ ਅੱਜ ਕੱਲ੍ਹ ਮਤਲਬ ਯਾਨੀ ਪਿਕਨਿਕਾਂ ਜਿਹੜੀਆਂ ਨੇ ਉਹ ਪੂਰਾ 3-4 ਮਹੀਨੇ ਕਾਫੀ ਭਾਰੀ ਰਹਿੰਦੀਆਂ ਨੇ ਆਪਣੇ ਭਾਈਚਾਰੇ ਦੇ ਉੱਤੇ, ਅਤੇ ਲੋਕ ਉਸਨੂੰ ਇੰਜੋਏ ਬੜਾ ਕਰਦੇ ਨੇ। ਅਤੇ ਇੱਕ ਆਉਣ ਵਾਲਾ ਜਿਹੜਾ ਵੀਕ ਹੈ 22 ਜੁਲਾਈ ਸ਼ਨੀਵਾਰ ਨੂੰ ਰੋਪੜ ਅਤੇ ਮੋਹਾਲੀ ਇਲਾਕਾ ਨਿਵਾਸੀਆਂ ਦੀ ਵੀ ਜਿਹੜੀ ਪਿਆਰਿਕ ਪਿਕਨਿਕ ਹੈ ਉਹ ਆਪਣਾ ਸ਼ਨੀਵਾਰ ਆਪਣਾ ਮਿਲਟਨ ਦਾ ਜਿਹੜਾ ਕੈਸਲੋ ਪਾਰਕ ਹੈ ਉਸਦੇ ਏਰੀਆ ਮਤਲਬ ਕੇਰ ਦੇ ਛੋਰੀ ਹੈ ਉਹਦੇ ਵਾਸਤੇ ਵੀ ਸਾਰਿਆਂ ਨੂੰ ਅਸੀਂ ਉੱਥੇ ਪਰਿਵਾਰ ਸਮੇਤ ਆਉਣ ਦੀ ਬੇਨਤੀ ਕਰਦੇ ਹਾਂ। ਪਿਛਲੇ ਸਾਲ ਮੈਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਸੀ ਅਤੇ ਉਹ ਜਗ੍ਹਾ ਥੋੜ੍ਹੀ ਜਿਹੀ ਦੂਰ ਜ਼ਰੂਰ ਹੈ 40 ਕਿਲੋਮੀਟਰ ਬ੍ਰੈਂਪਟਨ ਤੋਂ, ਲੇਕਿਨ ਫਿਰ ਵੀ ਉੱਥੇ 500 ਟੋਟੇ ਦੀ ਹਾਜ਼ਰੀ ਸੀ ਔਰ ਹਮੇਸ਼ਾ ਇੰਨੀ ਹੁੰਦੀ ਹੈ। ਇਸੇ ਤਰੀਕੇ ਨਾਲ ਪਟਿਆਲਾ ਅਤੇ ਜਿਹੜਾ ਫਤਿਹਗੜ੍ਹ ਸਾਹਿਬ ਦਾ ਇਲਾਕਾ ਹੈ ਉਹਨਾਂ ਦੀ ਵੀ ਸਾਲਾਨਾ ਪਿਕਨਿਕ ਇਸ ਵਾਰ 23 ਜੁਲਾਈ ਇਤਵਾਰ ਨੂੰ ਵਾਈਲਡ ਵੁੱਡ ਜਿਹੜਾ ਪਾਰਕ ਹੈ 3430 ਆਪਣੇ ਡੇਰੀ ਰੋਡ ਈਸਟ ਦੇ ਉੱਤੇ ਮਾਲਟਨ ਵਿੱਚ ਉੱਥੇ ਉਸੇ ਜਗ੍ਹਾ 'ਤੇ ਜਿੱਥੇ ਕਿ ਹਰ ਸਾਲ ਉਹ ਕਰਦੇ ਨੇ, ਇਸ ਵਾਰੀ ਵੀ ਏਰੀਆ 20 ਦੇ ਵਿੱਚ ਹੋ ਰਹੀ ਹੈ ਅਤੇ ਉੱਥੇ ਵੀ ਸਾਰਿਆਂ ਨੂੰ ਅਸੀਂ ਇਲਾਕਾ ਨਿਵਾਸੀਆਂ ਦੇ ਨਾਲ ਨਾਲ ਕੋਈ ਵੀ ਜਿਹੜਾ ਸੰਬੰਧ ਹੈ ਅਤੇ ਪਟਿਆਲਾ ਫਤਿਹਗੜ੍ਹ ਸਾਹਿਬ ਨਾਲ ਪਰਿਵਾਰਾਂ ਸਮੇਤ ਆਉਣ ਦੀ ਬੇਨਤੀ ਕਰਦੇ ਹਾਂ। ਅਤੇ ਕੋਈ ਵੀ ਜਾਣਕਾਰੀ ਮੇਰੇ ਕੋਲੋਂ 2892985180 ਤੋਂ ਇਹਨਾਂ ਦੇ ਬਾਰੇ ਲਿੱਤੀ ਜਾ ਸਕਦੀ ਹੈ। ਅਤੇ ਇਹਦੇ ਨਾਲ ਫਿਰ ਮੈਂ ਬਰੀਫਲੀ ਤੁਹਾਡੇ ਆਰਟੀਕਲ ਵੱਲ ਆਉਣਾ ਹੈ ਜਿਹੜਾ ਕਿ ਹਮੇਸ਼ਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪੜ੍ਹਿਆ ਜਾਂਦਾ ਗਹਿਰੀ ਨਜ਼ਰ ਖਬਰਨਾਮਾ ਵੀਕਲੀ ਦੇ ਵਿੱਚ, ਉਸ ਦੇ ਵਿੱਚ ਇਸ ਵਾਰੀ ਜਿਹੜਾ ਤੁਸੀਂ ਜ਼ਿਕਰ ਕੀਤਾ ਬਿਲਕੁਲ ਅਲੱਗ ਹੈ, ਉਹ ਨਵੀਂ ਚੀਜ਼ ਸਾਹਮਣੇ ਪੇਸ਼ ਕੀਤੀ ਹੈ ਜਿਹਨਾਂ ਦੇ ਵਿੱਚ ਆਮ ਲੋਕ ਕਤਰਾਉਂਦੇ ਨੇ ਉਹ ਗੱਲ ਕਰਨ ਦੀ। ਔਰ ਨਾਲ ਹੀ ਤੁਸੀਂ ਸ਼੍ਰੀ ਆਪਣੇ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਦਾ ਵੀ ਜ਼ਿਕਰ ਕੀਤਾ ਹੈ ਜਿਹੜੇ ਕਿ ਇੱਕ ਸੁਲਝੇ ਹੋਏ ਮਤਲਬ ਇਨਸਾਨ ਨੇ, ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਨੇ ਕਿ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਕੰਮ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦਾ ਪਤਨ ਅਜੇ ਵੀ ਜਾਰੀ ਹੈ। ਅਸੀਂ ਪੰਜਾਬ ਤੋਂ ਜਿਹੜੇ ਆਏ ਹਾਂ ਸਾਡਾ ਉਹਨਾਂ ਵੱਲ ਧਿਆਨ ਜ਼ਿਆਦਾ ਰਹਿੰਦਾ ਹੈ ਬਨਿਸਬਤ ਕਿ ਅਸੀਂ ਕੈਨੇਡਾ ਨੂੰ ਜਿਹੜਾ ਕਿ ਦੁਨੀਆਂ ਤੱਕ ਮੰਨਿਆ ਹੋਇਆ ਸੁੰਦਰ ਅਤੇ ਬਹਿਸ਼ਤ ਦੇਸ਼ ਗਿਣਿਆ ਜਾਂਦਾ ਹੈ, ਉਸ ਨੂੰ ਮਤਲਬ ਉੱਚਾ ਲਿਜਾਣ ਦੀ ਬਜਾਏ ਛੋਟੇ ਛੋਟੇ ਚੀਜ਼ਾਂ ਤੋਂ ਉਤਰਲੇ ਜਾ ਰਿਹਾ ਹੈ। ਔਰ ਸ਼ਹਿਰ ਦੇ ਅੰਦਰ ਇਹਦੀ ਬੜੀ ਲੋੜ ਹੈ ਕਿ ਜਿਹੜੀ ਆਕੜਖੋਰ ਅਤੇ ਉਸ ਤੋਂ ਬਾਅਦ ਮਤਲਬ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਉਹਨਾਂ ਨੂੰ ਮਤਲਬ ਯਾਨੀ ਹਰ ਵਕਤ ਤਿਆਰ ਰਹਿੰਦੇ ਨੇ ਲੜਾਈ ਕਰਦੇ ਵਾਸਤੇ ਜਾਂ ਝਗੜਾ ਕਰਨ ਵਾਸਤੇ, ਇਹ ਨਹੀਂ ਸੋਚਦੇ ਕਿ ਕੋਈ ਵੀ ਚੀਜ਼ ਜਿਹੜੀ ਹੈ ਅਤੇ ਉਸ ਨੂੰ ਜ਼ਰਾ ਜਿਹਾ ਮਤਲਬ ਯਾਨੀ ਆਪਣੇ ਆਰਾਮ ਦੇ ਨਾਲ ਗੱਲ ਕਰਕੇ ਦੂਰ ਕੀਤਾ ਜਾ ਸਕਦਾ। ਅਤੇ ਇਸੇ ਤਰੀਕੇ ਨਾਲ ਜਿਹੜਾ ਆਪਣੇ ਮਤਲਬ ਕਹਿ ਰਹੇ ਹਨ ਕਿ ਵੀ ਇਸ ਦੁਰਵਿਹਾਰ ਬਾਰੇ ਬੜੀ ਡਿਟੇਲ 'ਚ ਤੁਸੀਂ ਲਿਖੇ, ਖਾਸ ਤੌਰ 'ਤੇ ਜਿਹੜਾ ਆਪਣਾ ਬ੍ਰੈਂਪਟਨ ਦੇ ਅੰਦਰ ਸਭ ਤੋਂ ਵੱਡਾ ਹੋਸਲਰ ਵਿਲੀਅਮ ਹੋਸਪਿਟਲ ਹੈ
ਕਿ ਉਹ 2007 ਤੋਂ ਖੁੱਲਿਆ, ਲੇਕਿਨ ਖੁੱਲਦਿਆਂ ਨਾਲ ਹੀ ਉੱਥੇ ਵੀ ਜਿਹੜਾ ਆਪਣਾ ਸਟਾਫ ਸੀ, ਚਾਹੇ ਉਹ ਦੇਸੀ ਸੀ ਚਾਹੇ ਦੂਜਾ ਸਟਾਫ ਸੀ ਇੱਥੇ ਲੋਕਲ, ਉਹਨਾਂ ਦੇ ਵੱਲੋਂ ਉਹ ਧਿਆਨ ਨਹੀਂ ਕੀਤਾ ਗਿਆ ਜਿਹੜਾ ਕਿ ਧਿਆਨ ਮਿਲਣਾ ਚਾਹੀਦਾ। ਐਮਰਜੈਂਸੀ ਦਾ ਲਫ਼ਜ਼ ਇੱਕ ਬੜਾ ਵੱਡਾ ਹੈ, ਲੇਕਿਨ ਤੁਸੀਂ ਦੱਸਿਆ ਕਿ ਉੱਥੇ 12-12 ਘੰਟੇ ਲੋਕ ਇੰਤਜ਼ਾਰ 'ਚ ਰਹਿੰਦੇ ਨੇ ਕਿ ਕਦੋਂ ਕੋਈ ਉਹਨਾਂ ਨੂੰ ਆਏਗਾ, ਉਹਨਾਂ ਦਾ ਧਿਆਨ ਰੱਖੇਗਾ, ਲੇਕਿਨ 12 ਘੰਟੇ 'ਚ ਉਹ ਨਿਰਾਸ਼ ਹੋ ਜਾਂਦੇ ਨੇ। ਔਰ ਜਿਹੜੇ ਉਹਨਾਂ ਦੇ ਨਾਲ ਪਰਿਵਾਰ ਹੁੰਦੇ ਨੇ ਉਹ ਬਹੁਤ ਦੁਖੀ ਹੁੰਦੇ ਨੇ। ਉਸ ਰਸਤੇ ਵਿੱਚ ਖਾਸ ਤੌਰ 'ਤੇ ਤੁਸੀਂ ਇੱਕ ਮਤਲਬ ਯਾਨੀ ਆਪਣੇ ਹਰਨੇਕ ਸਿੰਘ ਸਿੱਧੂ ਦੀ ਫੈਮਿਲੀ ਦਾ ਜ਼ਿਕਰ ਕੀਤਾ, ਜਿਹਨਾਂ ਦੇ ਪਰਿਵਾਰ ਨੇ $25,000 ਅੱਜ ਤੋਂ ਸਮਝ ਲਓ 10 ਸਾਲ ਪਹਿਲੇ ਇਸ ਹਸਪਤਾਲ ਨੂੰ ਇੱਕ ਡੋਨੇਸ਼ਨ ਦੇ ਤੌਰ 'ਤੇ ਦਿੱਤੇ ਸਨ। ਉਹਨਾਂ ਦਾ ਵੀ ਜਿਹੜਾ ਬੰਦਾ ਹੈ ਉੱਥੇ ਇੰਤਜ਼ਾਰ ਕਰਦਾ ਕਰਦਾ ਸਹੀ ਵਕਤ 'ਤੇ ਇਲਾਜ ਨਾ ਮਿਲਣ ਕਰਕੇ ਔਰ ਗਲਤ ਤਰੀਕੇ ਦੇ ਨਾਲ ਉਸ ਦੇ ਨਾਲ ਜੋ ਮੇਰਾ ਮਤਲਬ ਨਹੀਂ ਹੋਇਆ ਉਹਦੀ ਮਤਲਬ ਮੌਤ ਹੋ ਗਈ, ਜਦਕਿ ਉਸਦੀ ਉਮਰ ਕੇਵਲ 52 ਸਾਲ ਦੇ ਕਰੀਬ ਸੀ। ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਦੁੱਖ ਆਉਂਦਾ ਕਿ ਹਸਪਤਾਲ ਦੀ ਜਗ੍ਹਾ ਦੇ ਉੱਤੇ ਵੀ ਅਗਰ ਸਾਨੂੰ ਸਹੀ ਇਲਾਜ ਨਹੀਂ ਮਿਲਦਾ, ਜਦਕਿ ਕੈਨੇਡਾ ਇਤਨਾ ਅੱਛਾ ਦੇਸ਼ ਹੈ ਤੇ ਫਿਰ ਉੱਥੇ ਆਮ ਆਦਮੀ ਦੇ ਨਾਲ ਕੀ ਹਾਲਤ ਹੋਏਗੀ। ਇਸੇ ਤਰੀਕੇ ਨਾਲ ਹੋਰ ਤੁਸੀਂ ਛੋਟੀ ਛੋਟੀਆਂ ਜ਼ਿਕਰ ਕੀਤੀਆਂ ਨੇ ਕਿ ਵੀ ਕਿਸ ਤਰੀਕੇ ਦੇ ਨਾਲ ਆਪਣਾ ਯਾਨੀ ਤੁਸੀਂ ਅਗਰ ਕੋਈ ਵੀ ਦਿੱਕਤ ਹੋਵੇ ਕੋਈ ਵੀ ਤੁਹਾਨੂੰ ਸੁਝਾਅ ਦੇਣਾ ਹੈ ਤੇ ਤੁਸੀਂ ਟੈਲੀਫੋਨ ਨੰਬਰ ਵੀ ਦਿੱਤਾ ਨਵਾਬ ਸਿੰਘ ਹੀਰ ਦਾ ਕਿ ਵੀ ਉੱਥੇ ਤੁਸੀਂ ਉਹਨਾਂ ਨਾਲ ਗੱਲ ਕੇ ਅਗਰ ਤੁਹਾਨੂੰ ਨਹੀਂ ਸਮਝ ਹੈ ਤੇ ਉਹਨਾਂ ਦੇ ਨਾਲ ਸਲਾਹ ਕਰਕੇ ਤੁਸੀਂ ਇੱਕ ਸਹੀ ਔਰ ਅੱਛਾ ਰਸਤਾ ਲੱਭ ਸਕਦੇ ਹੋ, ਜਿਸ ਦੇ ਨਾਲ ਕਿ ਸਾਡੇ ਮਤਲਬ ਯਾਨੀ ਜਿਹੜੇ ਭਾਈਚਾਰਾ ਹੈ ਉਸ ਦਾ ਨਾਂ ਉੱਚਾ ਹੋਵੇ। ਅਸੀਂ ਮੰਨਦੇ ਹਾਂ ਕਿ ਬਰੈਂਪਟਨ ਦੇ ਵਿੱਚ ਮਲਟੀਕਲਚਰਲ ਲੋਕ ਰਹਿੰਦੇ ਨੇ, ਲੇਕਿਨ ਸਾਨੂੰ ਆਪਣੇ ਭਾਈਚਾਰੇ ਦਾ ਜਿਸ ਨੂੰ ਅਸੀਂ ਪੰਜਾਬੀ ਭਾਈਚਾਰਾ ਕਹਿੰਦੇ ਹਾਂ, ਪੰਜਾਬ ਤੋਂ ਇੱਕ ਹੈ ਅਸੀਂ ਲੋਕ ਹੈ, ਉਹਨਾਂ ਦਾ ਸਾਨੂੰ ਜ਼ਿਆਦਾ ਧਿਆਨ ਦਿੰਦਾ, ਲੇਕਿਨ ਉਹ ਵੀ ਅਸੀਂ ਦੇਖਦੇ ਜਾ ਰਹੇ ਹਾਂ ਕਿ ਆਹਿਸਤਾ ਤੇ ਜਿਹੜਾ ਕੈਨੇਡਾ ਦਾ ਬਰੈਂਪਟਨ ਹੈ ਠੀਕ ਹੈ ਉਹਦੇ ਵਿੱਚ ਸਾਡੀ ਆਬਾਦੀ 1/3 ਦੇ ਨੇੜੇ ਤੇੜੇ ਹੈ, ਲੇਕਿਨ ਉਸ 'ਤੇ ਵੀ ਆਹਿਸਤਾ ਤੇ ਚਾਹੇ ਉਹ ਖਾਣ ਪੀਣ ਦੇ ਸਟੋਰ ਨੇ ਚਾਹੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਆਹਿਸਤਾ ਮਤਲਬ ਕਮੀ ਆਉਂਦੀ ਜਾ ਰਹੀ ਹੈ। ਸਾਨੂੰ ਕੈਨੇਡਾ ਦੇ ਵਿੱਚ ਰਹਿ ਕੇ ਕੈਨੇਡਾ ਦੇ ਜਿਹੜੇ ਨਿਯਮ ਨੇ ਕੈਨੇਡਾ ਦੇ ਜਿਹੜੇ ਸਟੈਂਡਰਡ ਨੇ ਉਹਨਾਂ ਨੂੰ ਕਾਇਮ ਰੱਖਣਾ ਚਾਹੀਦਾ, ਨਾ ਕਿ ਆਪਣੇ ਮਤਲਬ ਯਾਨੀ ਵਿਗੜੇ ਹੋਏ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲਿਆ ਕੇ ਅਤੇ ਇੱਥੇ ਥੋਪਣ ਦੀ ਕੋਸ਼ਿਸ਼ ਕਰੀਏ। ਡਿਟੇਲ 'ਚ ਬਹੁਤ ਕੁਛ ਕਹਿ ਸਕਦਾ, ਲੇਕਿਨ ਸਭ ਨੂੰ ਦੇਖਦੇ ਮੈਂ ਇੰਨਾ ਹੀ ਕਹਾਂਗਾ ਕਿ ਕੈਨੇਡਾ ਦੀ ਸ਼ਾਨ ਨੂੰ ਆਪਣਾ ਅਤੇ ਅਸੀਂ ਕਾਇਮ ਰੱਖੀਏ ਔਰ ਇੱਕ ਅੱਛੇ ਸ਼ਹਿਰੀ ਹੋਣ ਦਾ ਸਬੂਤ ਦਈਏ, ਵਰਨਾ ਇਹ 'ਚ ਲੜਾਈ ਝਗੜੇ ਮਾਰਪੀਟ ਔਰ ਜਿਹੜੇ ਕਿਸੇ ਰੋਜ਼ ਅਖਬਾਰਾਂ 'ਚ ਪੜ੍ਹਨ ਨੂੰ ਮਿਲਦੇ ਨੇ ਉਸ ਦੇ ਨਾਲ ਸਾਡਾ ਜਿਹੜੀ ਭਾਈਚਾਰਾ ਹੈ ਸਾਡਾ ਮਤਲਬ ਯਾਨੀ ਜਿਹੜੀ ਕੌਮ ਹੈ ਉਸ ਦਿਲ ਨਹੀਂ ਹੁੰਦਾ। ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਕਰਨਾ ਵੀਰ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਅੰਕਲ ਜੈਕਾਰ ਲਾਲ ਜੀ ਦੁੱਗਲ, ਬਹੁਤ ਬਹੁਤ ਧੰਨਵਾਦ ਅੰਕਲ ਜੀ, ਮਿਹਰਬਾਨੀ। ਚਲੋ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਲਗਾਤਾਰ। ਅੱਜ ਦੱਸ ਦਈਏ ਜੀ ਕਿ ਹੈ 17 ਜੁਲਾਈ 2017, ਸੋ ਇੱਕ ਤਰੀਕੇ ਨਾਲ 17/07/17, ਸੋ ਇਸ ਕਿਸਮ ਦੇ ਹਿੰਦਸਿਆਂ ਵਾਲੇ ਜਿਹੜੇ ਦਿਹਾੜੇ ਹੈ ਆਉਂਦੇ ਆ ਸਾਲ ਦੇ ਵਿੱਚ ਕਈ ਵਾਰ। ਸੋ ਆਸ ਕਰਦੇ ਹਾਂ ਕਿ ਇਸ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ ਜਿਹੜਾ ਕਿ ਇਸ ਸਾਲ 2017 ਦਾ ਹੈ 198ਵਾਂ ਦਿਨ। ਅਤੇ ਇਸ ਸਾਲ ਦੇ ਵਿੱਚ ਹੁਣ ਅੱਧੇ ਨਾਲੋਂ ਜ਼ਿਆਦਾ ਦਿਨ ਬੀਤ ਚੁੱਕੇ ਨੇ, 365 ਹੈਗੇ ਆ ਕੁੱਲ, 167 ਹੋਰ ਬਾਕੀ ਹੈ। ਸੋ ਕਦੇ ਕਦੇ ਇਹ ਜਿਹੜਾ ਇਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਕਿਉਂ ਦੱਸਦੇ ਹਾਂ ਕਿ ਜਦੋਂ ਨਵਾਂ ਸਾਲ ਆਉਂਦਾ 31 ਦਸੰਬਰ ਦੀ ਰਾਤ ਨੂੰ ਮਾਰ ਕਿਤੇ ਬੜੀ ਹਾਂਜੀ ਇੱਧਰ ਉੱਧਰ ਵਧਾਈਆਂ ਦੇਣ ਅਤੇ ਲੈਣ ਦਾ ਸਿਲਸਿਲਾ ਹੁੰਦਾ, ਤੁਹਾਨੂੰ ਪਤਾ ਹੈਪੀ ਨਿਊ ਈਅਰ ਵਗੈਰਾ ਵਗੈਰਾ। ਪਰ ਕੁਝ ਦਿਨ ਹੈਪੀ ਨਿਊ ਈਅਰ ਕਹਿ ਕੇ ਅਤੇ ਫਿਰ ਸਭ ਕੁਝ ਆਮ ਵਾਂਗ ਚੱਲਣ ਲੱਗਦਾ, ਇਹ ਵੀ ਕਿ ਵੀ ਕਈ ਵਾਰ ਨਵਾਂ ਸਾਲ ਵੀ ਪੁਰਾਣੇ ਵਾਂਗ ਹੀ ਬੀਤਣ ਲੱਗਦਾ। ਅਤੇ ਨਵਾਂ ਸਾਲ ਫਿਰ ਨਵਾਂ ਕਿਵੇਂ ਹੋਇਆ ਜੇ ਕੁਝ ਜ਼ਿੰਦਗੀ ਦੇ ਵਿੱਚ ਨਵਾਂ ਹੋਇਆ ਹੀ ਨਾ, ਪਰਿਵਰਤਨ ਹੈ ਜੀ। ਸੋ ਇਸ ਕਰਕੇ ਆਸ ਕਰਦੇ ਹਾਂ ਕਿਉਂਕਿ ਵੀ ਉਸ ਦਿਨ ਹੁੰਦਾ ਜਦੋਂ ਨਵਾਂ ਸਾਲ ਆਉਣਾ ਵੀ ਜੀ ਨਵੇਂ ਸਾਲ ਦਾ ਕੋਈ ਰੈਜੂਲਿਊਸ਼ਨ ਹੋਣਾ ਚਾਹੀਦਾ। ਸੋ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨਿਸ਼ਾਨੇ ਆ ਟੀਚੇ ਆ ਉਹ ਮਿੱਥੇ ਜਾਂਦੇ ਆ। ਕਈ ਲੋਕ ਪ੍ਰਾਪਤ ਕਰ ਵੀ ਲੈਂਦੇ ਹੋਣਗੇ, ਪਰ ਕਈ ਲੋਕ ਇਹ ਨਵੇਂ ਸਾਲ ਨੂੰ ਫਿਰ ਥੋੜ੍ਹੇ ਦਿਨਾਂ ਤੋਂ ਬਾਅਦ ਨਵੀਨਤਮ ਤਰੀਕੇ ਦੇ ਨਾਲ ਕਿਸੇ ਨਵੀਂ ਗੱਲ ਦੇ ਨਾਲ ਜਿਉਣਾ ਜਿਹੜਾ ਭੁੱਲ ਜਾਂਦੇ ਨੇ ਅਤੇ ਜ਼ਿੰਦਗੀ ਦੀ ਭੱਜ ਨੱਠ ਜਿਹੜੀ ਆ ਉਹ ਪੁਰਾਣੇ ਸਾਲ ਵਾਂਗ ਹੀ ਜਾਰੀ ਰਿਹਾ ਕਰਦੀ ਹੈ। ਪਰ ਆਸ ਕਰਦੇ ਹਾਂ ਕਿ 167 ਹੋਰ ਦਿਨ ਬਾਕੀ ਨੇ ਅਤੇ ਜੇ ਅਜੇ ਤੱਕ ਉਹ ਕੁਝ ਨਹੀਂ ਪ੍ਰਾਪਤ ਕੀਤਾ ਇਸ ਸਾਲ 2017 ਦੇ ਵਿੱਚ, ਜੋ ਕਰਨਾ ਸੋਚਿਆ ਸੀ ਲੋਚਿਆ ਸੀ ਅਤੇ ਜਿਹੜਾ ਸਮਾਂ ਬਾਕੀ ਰਹਿੰਦਾ ਉਸ ਦੇ ਲਈ
ਯਤਨ ਜਿਹੜੇ ਹਨ ਉਹ ਕਰ ਸਕੋਗੇ। ਅਤੇ ਦੂਸਰੇ ਪਾਸੇ ਨਾਨਕ ਸ਼ਾਹੀ ਸੰਮਤ 549 ਜਿਸ ਦਾ ਕਿ ਸਾਉਣ ਮਹੀਨਾ ਕੱਲ੍ਹ ਸ਼ੁਰੂ ਹੋਇਆ ਸੀ, ਸੰਗਰਾਂਦ ਸੀ, ਅੱਜ ਹੈ 2 ਤਰੀਕ। ਸਵਾਸ ਕਰਦੇ ਹਾਂ ਜੀ ਵੀ ਇਸ ਦਿਹਾੜੇ ਨੂੰ, ਕਿਉਂਕਿ ਆਪਾਂ ਇੱਥੇ ਸਪੈਸ਼ਲੀ ਓਨਟੈਰੀਓ ਦੇ ਵਿੱਚ ਟੋਰਾਂਟੋ ਏਰੀਆ ਦੇ ਵਿੱਚ ਦਿਨ ਜਿਹੜਾ ਹੈ ਇਹ ਵੈਸੇ ਸੂਰਜ ਹੈ ਜਿਹੜਾ ਸਵੇਰੇ 6 ਵਜੇ ਤੋਂ ਪਹਿਲਾਂ ਚੜ੍ਹ ਜਾਂਦਾ, ਇਹ ਨਹੀਂ ਦਿਨੀ 5:50 'ਤੇ ਚੜ੍ਹਦਾ। ਅਤੇ ਅੱਜ ਇਸ ਸਮੇਂ ਪ੍ਰੋਗਰਾਮ ਆਪਣਾ ਚੱਲ ਰਿਹਾ ਪਰ ਸੂਰਜ ਅਜੇ ਚਮਕ ਰਿਹਾ ਹੈ, ਜਿਹੜਾ ਕਿ 8:57 'ਤੇ ਅਸਤ ਹੋਣਾ ਹੈ। ਸੋ ਇਹ ਜਿਹੜਾ ਦਿਨ ਦੀ ਲੰਬਾਈ ਹੈ, ਵੈਸੇ ਤਾਂ 21 ਜੂਨ ਨੂੰ ਇਹ ਕੱਟਣੀ ਸ਼ੁਰੂ ਹੋ ਗਈ ਸੀਗੀ, 21 ਦਸੰਬਰ ਤੱਕ ਇਹ ਦਿਨ ਆ ਜਿਹੜਾ ਲਗਾਤਾਰ ਛੋਟੇ ਹੁੰਦੇ ਜਾਣਾ, ਪ੍ਰਤੀ ਦਿਨ 1 ਮਿੰਟ, ਹਾਂਜੀ 1/2 ਮਿੰਟ, ਕਦੀ 1.5-2 ਮਿੰਟ ਤੱਕ ਦਾ ਫਰਕ ਜਿਹੜਾ ਇਹ ਪੈਂਦਾ ਜਾਣਾ ਹੈ। ਅੱਜ ਲੇਕਿਨ ਕਿ ਹਾਲ ਦੀ ਘੜੀ ਇਹ 15 ਘੰਟਿਆਂ ਤੋਂ ਵੀ ਜ਼ਿਆਦਾ ਲੰਬਾ ਦਿਨ ਹੈ ਜਿਹੜਾ ਕਿ ਆਪਾਂ ਆਨੰਦ ਮਾਣਦੇ ਹਾਂ। ਸੋ 9 ਘੰਟੇ ਦੀ ਰਾਤ ਹੋਇਆ ਕਰਦੀ ਹੈ ਲਗਭਗ ਆਪਣੇ ਏਰੀਆਜ਼ ਦੇ ਵਿੱਚ, ਜਿਹੜੀ ਕਿ ਅੱਗੇ ਜਾ ਕੇ ਤੁਹਾਨੂੰ ਪਤਾ ਜੀ ਫਿਰ ਇਹ ਰਾਤਾਂ ਲੰਬੀਆਂ ਹੋ ਜਾਣੀਆਂ ਨੇ ਅਤੇ ਦਿਨ ਛੋਟੇ ਹੋ ਜਾਣੇ ਨੇ, ਪਰ ਹਾਲ ਦੀ ਘੜੀ ਇਹ ਸਮਰ ਦੇ ਦਿਹਾੜੇ ਦਿਨ ਲੰਬੇ ਅਤੇ ਟੈਂਪਰੇਚਰ ਕੋਈ ਬਹੁਤ ਜ਼ਿਆਦਾ ਹੀਟ ਵੇਵ ਵਾਲੀ ਗੱਲ ਤਾਂ ਨਹੀਂ, ਪਰ ਫਿਰ ਵੀ ਗਰਮ ਜ਼ਰੂਰ ਹੈ, ਗਰਮ ਅਤੇ ਤਰ ਵੀ ਆ ਮੌਸਮ, ਕਿਉਂਕਿ ਤੁਹਾਨੂੰ ਪਤਾ ਹੈ ਇਹ ਗੋਲਡਨ ਹੋਰਸ ਸ਼ੂ ਏਰੀਆ ਦੇ ਵਿੱਚ ਸਾਊਦਰਨ ਓਨਟੈਰੀਓ 'ਚ ਆਪਾਂ ਲਗਭਗ 3 ਪਾਸਿਆਂ ਤੋਂ ਝੀਲਾਂ ਦੇ ਨਾਲ ਘਿਰਿਆ ਹੋਇਆ ਇਲਾਕਾ ਹਾਂ, ਅਤੇ ਜਿੱਧਰੋਂ ਵੀ ਕਿਤੇ ਹਵਾ ਸਾਡੇ ਵੱਲੋਂ ਆਉਣੀ ਆ ਉਹ ਫਿਰ ਪਾਣੀ ਦੇ ਉੱਤੋਂ ਦੀ ਲੰਘ ਕੇ ਆਉਣੀ ਹੈ, ਜਿਸ ਕਰਕੇ ਕਿ ਉਸ ਹਵਾ ਦੇ ਵਿੱਚ ਸਿੱਲ ਜਿਹੜੀ ਆ ਉਹ ਹੁੰਦੀ ਹੈ, ਅਤੇ ਜਦੋਂ ਉਹ ਫਿਰ ਗਰਮ ਹਵਾ ਦੇ ਨਾਲ ਟਕਰਾਉਂਦੀ ਹੈ ਅਤੇ ਹਵਾ ਦੀ ਜਿਹੜੀ ਨਮੀ ਹੈ ਉਹ ਇੱਕ ਤਰੀਕੇ ਦੇ ਨਾਲ ਸਾਨੂੰ ਫਿਰ ਜ਼ਿਆਦਾ ਚੁਭਵੀਂ ਜਿਹੜਾ ਉਹ ਟੈਂਪਰੇਚਰ ਹੈ ਉਹ ਮਹਿਸੂਸ ਹੋਣ ਦਾ ਸਬੱਬ ਬਣਦੀ ਹੈ। ਸੋ ਜੀ ਭਈ ਆਸ ਕਰਦੇ ਹਾਂ ਇਸ ਸਮਰ ਦਾ ਛੁੱਟੀਆਂ ਵੀ ਹਨ, ਦੂਸਰੇ ਪਾਸੇ ਬੱਚੇ ਵੀ ਅੱਜ ਕੱਲ੍ਹ ਘਰਾਂ ਦੇ ਵਿੱਚ ਹੀ ਹੁੰਦੇ ਆ, ਅਤੇ ਘਰਾਂ ਦੇ ਵਿੱਚੋਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕਾਫੀ ਕੈਂਪ ਵਗੈਰਾ ਵੀ ਲੱਗਣ ਦੀਆਂ ਜਿਹੜੀਆਂ ਫਿਰ ਗੱਲਾਂ ਬਾਤਾਂ ਚੱਲਦੀਆਂ, ਅਤੇ ਕੈਂਪਾਂ ਦੇ ਵਿੱਚ ਲੇਕਿਨ ਕਿ ਸਭ ਕੁਝ ਅੱਛਾ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ, ਕਿਉਂਕਿ ਸਕਾਰਬਰੋ ਤੋਂ ਪਿਛਲੇ ਦਿਨੀ ਟੂਰ ਜਿਹੜਾ ਇੱਕ ਗਿਆ ਸੀ ਉਸ ਦੇ ਵਿੱਚ ਫਿਰ ਬੱਚੇ ਉੱਥੇ ਜਾ ਕੇ ਕੈਂਪ ਦੇ ਵਿੱਚ ਤੁਹਾਨੂੰ ਪਤਾ ਵੀ ਮਸਤੀ ਤਾਂ ਕਰਦੇ ਹੀ ਆ, ਉੱਥੇ ਉਹਨਾਂ ਨੇ ਲਿਖਿਆ ਹੀ ਹੁੰਦਾ ਵੀ ਸਪੋਰਟਸ ਐਂਡ ਫਨ। ਸੋ ਫਨ ਕਰਦਿਆਂ ਕਰਦਿਆਂ ਕਈ ਵਾਰੀ ਫਿਰ ਇਹ ਵਾਰਦਾਤਾਂ ਵਾਪਰਦੀਆਂ ਨੇ ਘਟਨਾਵਾਂ, ਜਿਸ ਤਰ੍ਹਾਂ ਕਿ ਉਹ ਸਵਿਮਿੰਗ ਪੂਲ ਦੇ ਵਿੱਚ ਲੜਕਾ ਜਿਹੜਾ ਕਿ ਨਹਾਉਣ ਗਿਆ ਸੀ ਫਿਰ ਉਹ ਮੁੜ ਕੇ ਨਿਕਲਿਆ ਹੀ ਨਾ ਥੱਲਿਓਂ ਪੂਲ ਦਿਓਂ, ਉਸ ਦੀ ਫਿਰ ਮੌਤ ਹੋ ਗਈ ਸੀ। ਸੋ ਇਸ ਤਰੀਕੇ ਦੀਆਂ ਘਟਨਾਵਾਂ ਦੇ ਪ੍ਰਤੀ ਜ਼ਰੂਰ ਸੁਚੇਤ ਰਹਿਣ ਦੀ ਲੋੜ ਹੈ, ਹੋਰ ਵੀ ਥੋੜ੍ਹਾ ਜਿਹਾ ਸੁਚੇਤ ਰਹਿਣ ਦੀ ਲੋੜ ਇਹ ਆ ਵੀ ਕਈ ਵਾਰੀ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਪਾਰਟੀ ਕਲਚਰ ਬਹੁਤ ਹੈ, ਹਾਂਜੀ ਬਾਰਬੇਕਿਊ ਜੀ, ਪਾਰਟੀ ਜੀ, ਅਤੇ ਜੇ ਫਰਜ਼ ਕਰੋ ਉੱਚੀ ਬਿਲਡਿੰਗ ਦੇ ਵਿੱਚ ਕੋਈ ਰਹਿੰਦੇ ਨੇ, ਹਾਂਜੀ ਕੌਂਡੋ ਅਪਾਰਟਮੈਂਟ ਦੇ ਵਿੱਚ ਰਹਿੰਦੇ ਨੇ, ਉਹ ਫਿਰ ਜਿਹੜੀ ਵੀ ਮੰਜ਼ਿਲ 'ਤੇ ਉਹ ਲੋਕ ਰਹਿੰਦੇ ਨੇ ਪਾਰਟੀ ਆਪਣੇ ਉਸ ਅਪਾਰਟਮੈਂਟ ਦੇ ਵਿੱਚ ਕਈ ਵਾਰੀ ਉਸ ਦਾ ਪ੍ਰਬੰਧ ਕੀਤਾ ਜਾਂਦਾ ਅਤੇ ਕਾਫੀ ਰਸ਼ ਪੈ ਜਾਂਦਾ, ਅਤੇ ਜਦੋਂ ਲੋਕਾਂ ਦਾ ਰਸ਼ ਪੈਂਦਾ ਫਿਰ ਉਹ ਖਾਣ ਪੀਣ 'ਚ ਬਿਜ਼ੀ ਹੋ ਜਾਂਦੇ ਆ, ਖਾਣ ਪੀਣ 'ਚ ਬਿਜ਼ੀ ਹੋ ਜਾਂਦੇ ਆ ਅਤੇ ਫਿਰ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਭੁੱਲ ਜਾਂਦੇ ਆ, ਅਤੇ ਬੱਚੇ ਫਿਰ ਕਈ ਵਾਰੀ ਜਿਹੜੇ ਆ ਉਹ ਬੇਕਾਬੂ ਹੋ ਕੇ ਛੋਟੇ ਜਿਹਨਾਂ ਨੂੰ ਕੋਈ ਸਮਝ ਨਹੀਂ ਵੀ ਜੇ ਇਹ ਅਸੀਂ ਹੁਣ ਵਿੰਡੋ ਖੋਲ੍ਹਾਂਗੇ ਬਾਹਰ ਵੀ ਜਾ ਕੇ ਡਿੱਗ ਸਕਦੇ ਹਾਂ, ਅਜਿਹਾ ਵਾਪਰਦਾ। ਸੋ ਵੈਨਕੂਵਰ ਦੇ ਵਿੱਚ ਵੀਕੈਂਡ ਦੇ ਦੌਰਾਨ ਇੱਕ 3 ਸਾਲ ਦੀ ਲੜਕੀ ਇਹ ਦੂਸਰੀ ਮੰਜ਼ਿਲ ਤੋਂ ਥੱਲੇ ਡਿੱਗੀ ਜਾ ਕੇ, ਥੱਲੇ ਚਲੋ ਕਿਸਮਤ ਚੰਗੀ ਵੀ ਜਗ੍ਹਾ ਪੱਕੀ ਨਹੀਂ ਸੀ, ਹਾਂਜੀ ਕੱਚਾ ਸੀਗਾ ਅਤੇ ਉਹਨੂੰ ਸੱਟਾਂ ਸੁੱਟਾਂ ਲੱਗੀਆਂ, ਛੋਟੇ ਬੱਚਿਆਂ ਨੂੰ ਵੈਸੇ ਡਿੱਗਣ 'ਤੇ ਸੱਟਾਂ ਘੱਟ ਲੱਗਦੀਆਂ, ਤੁਹਾਨੂੰ ਪਤਾ ਵੀ ਜੇ ਹੱਡੀਆਂ ਨਰਮ ਹੁੰਦੀਆਂ ਨੇ, ਅਤੇ ਉਹ ਫਿਰ ਲੜਕੀ ਇਹ ਆ ਵੀ ਘਰ ਦੇ ਵਿੱਚ ਤਾਂ ਚੱਲਦੀ ਸੀ ਪਾਰਟੀ, ਉਹ ਜਦੋਂ ਡਿੱਗੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਡਿੱਗ ਚੁੱਕੀ ਆ, ਕਾਫੀ ਉਹਦਾ ਉੱਥੇ ਰੋਂਦਿਆਂ ਕਰਲਾਉਂਦਿਆਂ ਬੁਰਾ ਹਾਲ ਹੋਇਆ, ਅਤੇ ਫਿਰ ਲੇਕਿਨ ਕਿ ਭਈ ਜਦੋਂ ਪਤਾ ਲੱਗਾ ਤਾਂ ਭਗਦੜ ਕਾਫੀ ਮਚੀ ਅਤੇ ਲੜਕੀ ਨੂੰ ਹੋਸਪਿਟਲ ਪਹੁੰਚਾਇਆ ਗਿਆ। ਇਸ ਤਰ੍ਹਾਂ ਦੀ ਫਿਰ ਘਟਨਾ ਵਾਪਰੇ ਤਾਂ ਤੁਹਾਨੂੰ ਪਤਾ ਹੀ ਆ ਵੀ ਚਿਲਡਰਨਸ ਏਡਸ ਸੁਸਾਇਟੀ ਆ ਨਾ ਜਿਹੜੀ, ਚਿਲਡਰਨਸ ਏਡ ਸੁਸਾਇਟੀ, ਉਹ ਕਾਫੀ ਐਕਟਿਵ ਹੋ ਜਾਂਦੇ ਆ ਵੀ ਇਹ ਨਿਆਣਿਆਂ ਨੂੰ ਜਨਮ ਤਾਂ ਦਿੱਤਾ ਹੋਇਆ ਵੀ ਖਿਆਲ ਵੀ ਰੱਖ ਸਕਦੇ ਆ ਮਾਂ ਪਿਓ ਕਿ ਨਹੀਂ ਵੀ ਡਿੱਗ ਡਿੱਗ ਕੇ ਜੇ ਇੱਦਾਂ ਫੱਟੜ ਹੋਣੇ ਆ ਨਿਆਣੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਰਿਸਕ ਦੇ ਵਿੱਚ ਪੈਣੀ ਹੈ, ਅਤੇ ਫਿਰ ਉਹ ਅਸੈਸ ਕਰਦੇ ਨੇ ਵੀ ਕੀ ਹੋਇਆ, ਕਿੱਥੇ ਅਣਗਹਿਲੀ ਸੀ, ਪਿਛਲਾ ਕੀ ਰੈਕਰਡ ਹੈ ਇਹਨਾਂ ਮਾਪਿਆਂ ਦਾ, ਪਹਿਲਾਂ ਕੀ ਕੀ ਘਟਨਾਵਾਂ ਵਾਪਰੀਆਂ ਨੇ, ਫਿਰ ਉਸ ਲਿਹਾਜ਼ ਦੇ ਨਾਲ ਨਵੇਂ ਸਿਰਿਓਂ ਫੈਸਲਾ ਕਰਦੇ ਆ ਵੀ ਬੱਚਾ ਇਹਨਾਂ ਨੂੰ ਦੇਣਾ ਵੀ ਹੈ ਕਿ ਨਹੀਂ। ਹਾਂਜੀ ਅੱਜ ਤਾਂ ਬਚ ਗਈ ਲੜਕੀ, ਕੱਲ੍ਹ ਨੂੰ ਕਿਤੇ ਇਹੋ ਜਿਹੀ ਅਣਗਹਿਲੀ ਵਰਤਣ ਅਤੇ ਫਿਰ ਭਾਣਾ ਵੀ ਵਰਤ ਸਕਦਾ। ਸੋ ਇਸ ਕਰਕੇ ਇਹ ਆ ਜੀ ਵੀ ਥੋੜ੍ਹਾ ਜਿਹਾ ਘਰਾਂ ਦੇ ਵਿੱਚ ਜਦੋਂ ਬੱਚੇ ਹੋਣ ਤਾਂ ਪੇਰੈਂਟਸ ਨੂੰ ਸਦਾ ਚੁਕੰਨੇ ਰਹਿਣ ਦੀ ਲੋੜ ਆ ਵੀ ਖਾਸ ਤੌਰ 'ਤੇ ਖਿੜਕੀਆਂ ਦਰਵਾਜ਼ਿਆਂ ਦੇ ਬਾਰੇ 'ਚ,
ਬੱਚਿਆਂ ਨੂੰ ਥੋੜ੍ਹਾ ਜਿਹਾ ਦੱਸਿਆ ਜਾਣਾ ਚਾਹੀਦਾ ਜਾਂ ਉਹਨਾਂ ਦਾ ਪ੍ਰਬੰਧ ਇਸ ਤਰੀਕੇ ਦਾ ਹੋਣਾ ਚਾਹੀਦਾ ਵੀ ਉਹ ਰੀਚੇਬਲ ਨਾ ਹੋਣ ਛੋਟੇ ਬੱਚਿਆਂ ਦੇ ਜੇ ਤੁਸੀਂ ਉੱਚੀਆਂ ਮੰਜ਼ਿਲਾਂ 'ਤੇ ਖਾਸ ਤੌਰ 'ਤੇ ਰਹਿੰਦੇ ਹੋ, ਤਾਂ ਕਿ ਬੱਚੇ ਜਿਹੜੇ ਉਹ ਖਿੜਕੀ ਖੋਲ੍ਹ ਕੇ ਇਸ ਤਰ੍ਹਾਂ ਆਪਣੀ ਜਿਹੜੀ ਲਾਈਫ ਆ ਉਹ ਡੇਂਜਰ ਦੇ ਵਿੱਚ ਨਾ ਪਾਉਣ। ਸੈਰ ਕਰਦਿਆਂ ਅੱਜ ਕੱਲ੍ਹ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ, ਅਸੀਂ ਕੋਈ ਚੰਡੀਗੜ੍ਹ ਦੀ ਜਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਵੈਸੇ ਉੱਥੇ ਵੀ ਹੋ ਰਹੀਆਂ ਨੇ, ਬ੍ਰੈਂਪਟਨ 'ਚ ਵੀ ਹੋ ਰਹੀਆਂ ਨੇ। ਬ੍ਰੈਂਪਟਨ ਦੇ ਵਿੱਚ ਇੱਕ 60 ਸਾਲ ਦੇ ਬਜ਼ੁਰਗ ਨੂੰ ਉਹਦੇ ਢਿੱਡ 'ਤੇ ਚਾਕੂ ਰੱਖ ਕੇ ਲੁਟੇਰੇ ਨੇ ਲੁੱਟਿਆ, ਸੈਰ ਕਰਦੇ ਬੰਦੇ ਨੂੰ ਦਿਨੇ ਦੁਪਹਿਰੇ 3 ਵਜੇ ਹਾਂਜੀ ਲੁੱਟ ਲਿਆ, ਚਾਕੂ ਰੱਖ ਕੇ ਨਾ ਢਿੱਡ 'ਤੇ, ਕਹਿੰਦਾ ਜੀ ਵੀ ਦੇ ਦਿਓ ਸੈੱਲਫੋਨ ਦੇ ਦਿਓ ਹਾਂਜੀ ਅਤੇ ਇਹ ਹੋਰ ਜੋ ਕੁਝ ਹੈਗਾ ਉਹ ਦੇ ਦਿਓ। ਅਤੇ ਵੈਸੇ ਕਮਾਲ ਦੀ ਗੱਲ ਇਹ ਹੋਈ ਆ ਇਸ ਘਟਨਾ ਦੇ ਵਿੱਚ ਵੀ ਇਹ ਸਮਾਨ ਲੈ ਕੇ ਨਾ ਬਜ਼ੁਰਗਾਂ ਦਾ, ਅਤੇ ਐਨਕ ਲੱਗੀ ਹੋਈ ਸੀ ਉਹਨਾਂ ਦੇ, ਐਨਕ ਲੱਗੀ ਹੋਈ ਸੀ, ਐਨਕ ਉਹਨੇ ਨਹੀਂ ਕਿਹਾ ਵੀ ਦੇ ਦਿਓ, ਐਨਕ ਲੁਟੇਰੇ ਨੇ ਆਪ ਲਾ ਲਈ ਉਹਨਾਂ ਦੀ। ਇਹ ਸਾਡੇ ਬ੍ਰੈਂਪਟਨ ਦੇ ਵਿੱਚ ਹਾਂਜੀ। ਸੋ ਬ੍ਰੈਂਪਟਨ ਦੇ ਵਿੱਚ ਇਹ ਘਟਨਾ 6 ਜੁਲਾਈ ਦੀ ਦਿਨੇ ਦੁਪਹਿਰੇ 3 ਵਜੇ ਦੀ ਹੈਗੀ ਹੈ ਅਲੋਮਾ ਪਾਰਕ ਦੀ। ਪੀਲ ਪੁਲਿਸ ਨੇ ਸਾਨੂੰ ਇਹ ਇਨਫੋਰਮੇਸ਼ਨ ਭੇਜੀ ਹੈ ਭਈ ਇੱਕ ਤਾਂ ਘੜੀ ਲਾ ਲਈ ਬਜ਼ੁਰਗਾਂ ਦੀ, ਘੜੀ ਲਾ ਲਈ ਹਾਂਜੀ, ਅਤੇ ਫਿਰ ਸੈੱਲਫੋਨ ਲੈ ਲਿਆ ਅਤੇ ਐਨਕ ਆਪ ਲਾ ਲਈ ਅਤੇ ਨੱਸ ਗਿਆ ਮੌਕੇ ਤੋਂ। ਕਾਲੀ ਨਸਲ ਦਾ ਇਹ ਅਫਰੀਕਾ ਦੇ ਮੂਲ ਦਾ ਮੁੰਡਾ ਦੱਸਿਆ ਜਾਂਦਾ, 20 ਸਾਲ ਦਾ, ਹੁਣ ਇਹ ਕੈਨੇਡਾ ਦੇ ਵਿੱਚ ਪੈਦਾ ਹੋਇਆ, ਇਹਨੂੰ ਜਨਮ ਦੇ ਕੇ ਕਿਸੇ ਨੇ 20 ਸਾਲ ਦਾ ਕੀਤਾ ਇਹਨਾਂ ਕੰਮਾਂ ਵਾਸਤੇ ਦੇਖ ਲਓ ਹੈ ਨਾ। ਸੋ 84 ਲੱਖ ਜੂਨਾਂ ਤੋਂ ਬਾਅਦ ਇਹ ਜੂਨ ਹੈ, 5 ਫੁੱਟ 10 ਇੰਚ ਕੱਦ ਆ ਜਵਾਨ ਦਾ, 5 ਫੁੱਟ 10 ਇੰਚ ਕੱਦ ਆ ਜਵਾਨ ਦਾ, 20 ਸਾਲ ਦੀ ਉਮਰ ਪਾਰ ਕਰ ਚੁੱਕਾ ਅਤੇ ਕੰਮ ਇਹ ਆ ਵੀ ਸੈਰ ਕਰਦੇ ਬਜ਼ੁਰਗ ਨੂੰ ਹਾਂਜੀ ਪਾਰਕ ਦੇ ਵਿੱਚ, ਅਲੋਮਾ ਪਾਰਕ ਦੇ ਵਿੱਚ ਇਹਨੇ ਢਿੱਡ 'ਤੇ ਚਾਕੂ ਰੱਖ ਕੇ ਘੜੀ ਵੀ ਖੋਹ ਲਈ ਹਾਂਜੀ, ਸੈੱਲਫੋਨ ਵੀ ਖੋਹ ਲਿਆ, ਐਨਕ ਉਹਨਾਂ ਦੀ ਆਪ ਲਾ ਲਈ ਅਤੇ ਫਿਰ ਨੱਸ ਗਿਆ। ਚਲੋ ਸਮਝ ਵਾਲੀ ਗੱਲ ਇਸ ਸਾਰੀ ਘਟਨਾ ਦੇ ਵਿੱਚ ਇਹ ਸ਼ਾਇਦ ਕੀਤੀ ਵੀ ਬਜ਼ੁਰਗ ਫਟੜ ਨਹੀਂ ਹੋਏ, ਸੋ ਕੋਈ ਅਟੈਕ ਉਹਨਾਂ 'ਤੇ ਨਹੀਂ ਕੀਤਾ ਗਿਆ, ਵੈਸੇ ਤਾਂ ਇਹ ਅਟੈਕ ਹੀ ਸਮਝਿਆ ਜਾਊਗਾ ਵੀ ਜੇ ਉਹਨਾਂ ਦੀ ਐਨਕ ਇਹਨੇ ਆਪ ਲਾਈ ਆ। ਅਤੇ ਦੂਸਰੇ ਪਾਸੇ ਇਹ ਆ ਜੀ ਭਈ ਪਾਰਟੀਆਂ ਦੀ ਗੱਲ ਆਪਾਂ ਕਰ ਰਹੇ ਸੀ ਜਿੱਥੇ ਨਿਆਣੇ ਵਗੈਰਾ ਡਿੱਗ ਸਕਦੇ ਆ ਘਰਾਂ ਦੇ ਅਪਾਰਟਮੈਂਟ ਦੇ ਵਿੱਚੋਂ, ਅਤੇ ਉੱਥੇ ਆਏ ਹੋਏ ਮਹਿਮਾਨ ਆਪਸ ਵਿੱਚ ਲੜ ਵੀ ਸਕਦੇ ਆ, ਪੰਜਾਬ 'ਚ ਹੀ ਨਹੀਂ ਕੈਨੇਡਾ 'ਚ ਵੀ ਹਾਂਜੀ। ਪੰਜਾਬ 'ਚ ਤਾਂ ਗੋਲੀਆਂ ਚੱਲ ਜਾਂਦੀਆਂ ਨਾ, ਗੋਲੀ ਚਲਾਤੀ ਜੀ ਖੁਸ਼ੀ ਦੇ ਵਿੱਚ ਭੰਗੜਾ ਪਾਉਣ ਲੱਗ ਗਿਆ ਜੀ, ਉਹ ਮੁੜ ਕੇ ਨੱਚਣ ਵਾਲੀ ਨੂੰ ਜਾ ਲੱਗੀ ਗੋਲੀ ਜੀ, ਇੱਦਾਂ ਦੀਆਂ ਘਟਨਾਵਾਂ ਇੱਥੇ। ਲੇਕਿਨ ਕਿ ਖਰਮਸਤੀ ਥੋੜ੍ਹੀ ਜਿਹੀ ਵੱਖਰੀ ਕਿਸਮ ਦੀ ਆ ਹੋਈ, ਘਟਨਾ ਵਾਪਰੀ ਹੈ ਕਿ 17 ਸਾਲ ਦੀ ਕੁੜੀ ਨੂੰ ਪੁਲਿਸ ਸੱਦਣੀ ਪਈ ਜਦੋਂ ਉਹਦੇ ਨਾਲ ਛੇੜਛਾੜ ਹੋਈ। ਛੇੜਛਾੜ ਕਰਨ ਵਾਲਾ ਬੰਦਾ ਵੀ ਪਾਰਟੀ ਖਾਣ ਆਇਆ ਹੋਇਆ ਸੀਗਾ, 36 ਸਾਲ ਦਾ, ਇਹ ਔਰੇਂਜ ਵਿਲ ਦੇ ਲਾਗੇ ਪੈਲਗਰੋਵ ਹੈ, ਉੱਥੇ ਇਹ ਘਟਨਾ ਵਾਪਰੀ ਹੈ। ਪੁਲਿਸ ਫਿਰ ਮੌਕੇ 'ਤੇ ਪਹੁੰਚੀ ਹੈ ਅਤੇ ਉਹਨਾਂ ਨੇ ਕੇਸ ਬਣਾਇਆ ਅਸਾਲਟ ਦਾ ਇਸ ਬੰਦੇ ਦੇ ਖਿਲਾਫ਼ ਵੀ 17 ਸਾਲ ਦੀ ਕੁੜੀ ਨੂੰ ਛੇੜਿਆ, ਪਾਰਟੀ 'ਤੇ ਗਏ ਨੇ ਅਤੇ ਤਰੀਕ ਇਹਦੀ ਪਾ ਦਿੱਤੀ ਆ ਹੁਣ 3 ਅਗਸਤ ਔਰੇਂਜ ਵਿਲ ਦੀ ਕੋਰਟ ਦੇ ਵਿੱਚ। ਅਤੇ ਪਾਰਟੀ ਦੇ ਦੌਰਾਨ ਜਿਹੜੀ ਆ ਇਹ ਘਟਨਾ ਇਹ ਵਾਪਰੀ ਆ ਵੀ ਹੁਣ ਇਹ ਦੋਸ਼ ਝੂਠੇ ਨੇ ਸੱਚੇ ਨੇ, ਆਮ ਤੌਰ 'ਤੇ ਤੁਹਾਨੂੰ ਪਤਾ ਵੀ ਜਦੋਂ ਦੋਸ਼ ਲੱਗਦੇ ਨੇ ਪਰਚਾ ਦਰਜ ਹੁੰਦਾ ਫਿਰ ਉਹ ਆਮ ਤੌਰ 'ਤੇ ਉਹ ਕਹਿੰਦੇ ਜੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈ, ਮੈਨੂੰ ਤਾਂ ਉੱਦਾਂ ਹੀ ਫਸਾ ਦਿੱਤਾ ਜੀ, ਉਹ ਸਭ ਕੁਛ ਤਾਂ ਚਲੋ ਹੁਣ ਬਾਅਦ ਦੀਆਂ ਗੱਲਾਂ ਨਾ ਵੀ ਕੀ ਹੋਏਗਾ। ਪਰ ਇੱਕ ਵਾਰ ਮਾਮਲਾ ਇਹ ਆ ਵੀ ਪਾਰਟੀ 'ਤੇ ਪਹੁੰਚੀਏ ਇਹ ਮਹਿਮਾਨ ਹਾਂਜੀ 17 ਸਾਲ ਦੀ ਕੁੜੀ ਨੂੰ ਛੇੜਨ ਦੇ ਦੋਸ਼ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਅਤੇ ਇਹਨਾਂ 'ਤੇ ਦੋਸ਼ ਜਿਹੜੇ ਆ ਇਹ ਸੈਕਸ਼ੂਅਲ ਅਸਾਲਟ ਦੇ ਲਗਾਏ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਅੱਗਾਂ ਦੀ ਗੱਲ ਕਰਨੀ ਹੋਵੇ ਤਾਂ ਅਜੇ ਵੀ 160 ਥਾਵਾਂ ਤੋਂ ਜ਼ਿਆਦਾ ਜਗ੍ਹਾ 'ਤੇ ਜਿਹੜੀਆਂ ਅੱਗਾਂ ਉਹ ਬਲ ਰਹੀਆਂ, ਮੌਸਮ ਖੁਸ਼ ਹੋਣ ਕਰਕੇ ਹਾਂਜੀ ਅਤੇ ਗਰਮ ਹਵਾ ਜਿਹੜੀ ਉਹ ਜੇ ਤੇਜ਼ ਵਗਦੀ ਹੈ ਤਾਂ ਫਿਰ ਤੁਹਾਨੂੰ ਪਤਾ ਵੀ ਜਿਹੜਾ ਅੱਗ ਆ ਉਹ ਜਲਦੀ ਨਾਲ ਫੈਲਦੀ ਹੈ। ਪਰ ਇਸ ਦੇ ਦੌਰਾਨ ਹੀ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਪਿਆ ਉਹਦੇ ਵਿੱਚ। ਹੁਣ ਲੇਕਿਨ ਕਿ ਘਟਨਾ ਕੀ ਵਾਪਰੀ ਅਸੀਂ ਤੁਹਾਨੂੰ ਉਹ ਦੱਸਦੇ ਹਾਂ, ਵੈਸੇ ਹੈਰਾਨ ਹੋ ਜਾਓਗੇ ਤੁਸੀਂ ਵੀ ਇਹ ਜਿਹੜਾ ਦਿਮਾਗਾਂ ਦੇ ਵਿੱਚ ਕੂੜ ਕਪਾੜਾ ਚੱਲਦਾ ਨਾ ਵੀ ਆਪਾਂ ਨੂੰ ਪੰਜਾਬ 'ਚ ਰਹਿੰਦਿਆਂ ਭਾਰਤ 'ਚ ਰਹਿੰਦਿਆਂ ਨੂੰ ਲੱਗਦਾ ਵੀ ਇਹ ਵੱਡਾ ਨਰਕ ਹੈ, ਕੈਨੇਡਾ 'ਚ ਲਈਏ ਸਵਰਗ ਹੈ ਹਾਂਜੀ। ਪਰ ਸਵਰਗ ਦੇ ਵਿੱਚ ਵੀ ਕਈ ਲੋਕਾਂ ਦੇ ਦਿਮਾਗਾਂ ਦੇ ਵਿੱਚ ਨਰਕ ਕਿਵੇਂ ਹੈ, ਇੱਕ ਤਾਂ ਆ ਨੌਜਵਾਨ ਦੀ ਆਪਾਂ ਗੱਲ ਕੀਤੀ ਆ ਵੀ ਉਹਨੂੰ ਜਨਮ ਦੇ ਕੇ ਕਿਸੇ ਨੇ 20 ਸਾਲਾਂ ਦਾ ਕੀਤਾ ਅਤੇ ਬਜ਼ੁਰਗਾਂ ਨੂੰ ਲੁੱਟ ਰਿਹਾ ਚਾਕੂ ਦੀ ਨੋਕ 'ਤੇ ਹਾਂਜੀ, ਜਨਮ ਮਿਲਿਆ ਇਹਨੂੰ ਕੈਨੇਡਾ ਦੇ ਵਿੱਚ। ਸੋ ਇਸ ਇੱਕ ਹੋਰ ਭਾਈ ਸਾਹਿਬ ਨੂੰ ਵੀ ਜਨਮ ਕੈਨੇਡਾ 'ਚ ਹੀ ਮਿਲਿਆ ਹੋਇਆ, ਇਹਨੇ ਕੰਮ ਇਹ ਫੜਿਆ ਸੀ ਜਿਹੜਾ ਕਿ ਅਸੀਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਰਹੇ ਹਾਂ ਵੀ ਅੱਗਾਂ ਲੱਗੀਆਂ ਹੋਈਆਂ ਨੇ ਬ੍ਰਿਟਿਸ਼ ਕੋਲੰਬੀਆ 'ਚ ਅਤੇ ਅੱਗ ਘਰਾਂ ਦੇ ਨੇੜੇ ਆਉਂਦੀ ਜਾਂਦੀ ਕਰਕੇ
ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ 'ਤੇ, ਅਤੇ ਜਦੋਂ ਘਰ ਖਾਲੀ ਰਹਿ ਗਏ ਇਹ ਭਾਈ ਸਾਹਿਬ ਪਹੁੰਚ ਜਾਂਦੇ ਸੀਗੇ ਉੱਥੇ, ਉੱਥੋਂ ਫਿਰ ਜੋ ਇਹਨੂੰ ਚੰਗਾ ਲੱਗਣਾ ਸਮਾਨ ਚੋਰੀ ਕਰਨਾ ਹੈ ਜੀ ਚੁੱਕਣਾ, ਉਹ 65,000 ਡਾਲਰ ਦੇ ਮੁੱਲ ਦਾ ਸਮਾਨ ਇਹਨੇ ਇੱਦਾਂ ਇਕੱਠਾ ਕਰ ਲਿਆ ਘਰਾਂ ਦੇ ਵਿੱਚੋਂ ਚੋਰੀ ਦਾ, ਅਤੇ ਫਿਰ ਕਾਬੂ ਆ ਗਿਆ ਪੁਲਿਸ ਦੇ, ਵੈਸੇ ਸਮਾਨ ਵੀ ਇਹਦੇ ਕੋਲ ਜ਼ਬਤ ਕਰ ਲਿਆ ਪੁਲਿਸ ਨੇ, ਅਤੇ ਇਹਦੇ ਨਾਲ ਹੀ ਲੇਕਿਨ ਕਿ ਇਹਦਾ ਇਕੱਲੇ ਦਾ ਨਹੀਂ ਕੰਮ ਹੈਗਾ, ਕਈ ਇਹੋ ਜਿਹੇ ਓਫੈਂਡਰ ਹੈ ਜੀ ਰਿਪੀਟਡ ਓਫੈਂਡਰ ਜਿਹੜੇ ਵਾਰ ਵਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਪੁਲਿਸ ਦੇ ਰੈਕਰਡ ਦੇ ਵਿੱਚ ਉਹਨਾਂ ਦੀ ਜਾਣਕਾਰੀ ਸ਼ਾਮਿਲ ਹੈ। ਕਈ ਚੋਰ ਵੱਖ ਵੱਖ ਇਲਾਕਿਆਂ ਦੇ ਵਿੱਚ ਉੱਥੇ ਇਹ ਐਕਟਿਵ ਹੋ ਗਏ ਸੀਗੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਘਰਾਂ ਦੇ ਵਿੱਚ ਤਾਂ ਕੋਈ ਰਹਿ ਹੀ ਨਹੀਂ ਗਿਆ ਆ, ਵੀ ਇੱਥੇ ਤਾਂ ਹੁਣ ਦਾਅ ਲੱਗ ਸਕਦਾ, ਸੋ ਕਾਫੀ ਸਾਰੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਜਿਹੜੀਆਂ, ਇਹ ਇੱਕ ਤਾਂ ਅੱਗ ਤੋਂ ਤਾਂ ਵਿਚਾਰੇ ਬਚ ਕੇ ਭੱਜੇ ਅਤੇ ਮਗਰੋਂ ਫਿਰ ਇਹ ਆ ਗਏ ਹੈ ਜੀ। ਕਮਾਲ ਦੀ ਗੱਲ ਤਾਂ ਇਹ ਆ ਵੀ ਘਰਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਅੱਗ ਦਾ ਡਰ ਹੈਗਾ, ਚੋਰਾਂ ਨੂੰ ਨਹੀਂ ਗਾ, ਹੈ ਨਾ, ਚੋਰ ਚੋਰੀ ਕਰਨ ਜਿਹੜੇ ਉੱਥੇ ਪਹੁੰਚ ਗਏ ਹੋਏ ਨੇ। ਸੋ 38 ਸਾਲ ਦਾ ਸ਼ੇਨ ਬੌਂਡੀ ਇਹ ਜਿਹੜਾ ਬੰਦਾ 65,000 ਡਾਲਰ ਦੀਆਂ ਇਹ ਲੋਕਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਨ ਕਰਕੇ ਇਹਦੇ ਖਿਲਾਫ ਜਿਹੜੀ ਹੈ ਇਹ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕੀਤੀ ਆ। ਅਤੇ ਦੂਸਰਾ ਕੰਮ ਇਹ ਕੀਤਾ ਵੀ ਇਹ ਇੱਦਾਂ ਨਹੀਂ ਗੱਲ ਬਣਨੀ ਵੀ ਘਰਾਂ ਦੇ ਵਿੱਚੋਂ ਜੇ ਲੋਕ ਕੱਢਣੇ ਆ ਅਤੇ ਉੱਥੇ ਜਿਹੜੀ ਆ ਫਿਰ 24 ਆਵਰਸ ਪੁਲਿਸ ਦੀ ਪੈਟਰੋਲਿੰਗ ਵੀ ਚਾਹੀਦੀ ਆ, ਹਾਂਜੀ, ਇਹੋ ਜਿਹੇ ਚੋਰ ਤਾਂ ਕਿ ਉੱਥੇ ਨਾ ਚੋਰੀਆਂ ਕਰਨ। ਸੋ ਇਹ ਕੰਮ ਹੁਣ ਜਿਹੜਾ ਫਿਰ ਐਡੀਸ਼ਨਲ ਬਰਡਨ ਹੀ ਸਮਝ ਲਓ ਸਿਸਟਮ 'ਤੇ ਵੀ ਚੋਰ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਇੰਨੇ ਸਰਗਰਮ ਹੋ ਜਾਂਦੇ। ਗੱਲ ਦੇਖੋ ਸੰਤ ਸਿੰਘ ਜੀ ਮਸਕੀਨ ਕਹਿੰਦੇ ਆ ਵੀ ਮੌਕਾ ਮਿਲਣ ਦੀ ਆ ਨਾ, ਵੀ ਚੋਰ ਤਾਂ ਲਗਭਗ ਸਾਰੇ ਹੀ ਨੇ, ਗੱਲ ਮੌਕਾ ਮਿਲਣ ਦੀ ਆ ਵੀ ਜਿਹੜਾ ਛੋਟਾ ਚੋਰ ਆ, ਇਹਦਾ ਮਤਲਬ ਇਹ ਨਹੀਂ ਵੀ ਉਹ ਛੋਟਾ ਚੋਰ ਆ, ਉਹ ਬਣ ਸਕਦਾ ਜਿੱਡਾ ਮਰਜ਼ੀ ਵੱਡਾ ਚੋਰ ਜੇ ਉਹਨੂੰ ਮੌਕਾ ਮਿਲੇ ਤਾਂ। ਸੋ ਗੱਲ ਮੌਕਾ ਮਿਲਣ ਦੀ ਹੈ, ਛੋਟਾ ਮੌਕਾ ਮਿਲੇ ਤਾਂ ਛੋਟਾ ਚੋਰ ਹੈ ਜੀ, ਵੱਡਾ ਮੌਕਾ ਮਿਲੇ ਤਾਂ ਵੱਡਾ ਚੋਰ, ਇਹ ਸੰਤ ਸਿੰਘ ਜੀ ਮਸਕੀਨ ਕਹਿ ਕੇ ਗਏ ਹੈ। ਸੋ ਇਸ ਤਰੀਕੇ ਦੇ ਨਾਲ ਇਹ ਅੱਜ ਵੀ ਥੋੜ੍ਹਾ ਜਿਹਾ ਸੰਭਲਣ ਦੀ ਲੋੜ ਹੈ, ਘਰ ਵਗੈਰਾ ਜਦੋਂ ਤੁਸੀਂ ਫਰਜ਼ ਕਰੋ ਕਿਤੇ ਜਾਂਦੇ ਹੋ ਅਤੇ ਫਿਰ ਤੁਸੀਂ ਘਰੋਂ ਬਾਹਰ ਜਦੋਂ ਜਾਣਾ ਤਾਂ ਫਿਰ ਇਸ ਤਰੀਕੇ ਦੇ ਨਾਲ ਜ਼ਰੂਰ ਸਾਵਧਾਨ ਰਹਿਣਾ ਕੈਨੇਡਾ ਦੇ ਵਿੱਚ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਹੈ ਇਹ ਸਾਹਮਣਾ ਨਾ ਕਰਨਾ ਪਵੇ। ਇੱਕ ਅਸੀਂ ਤੁਹਾਨੂੰ ਸੂਚਨਾ ਦੇ ਦਈਏ, ਇਹ ਹਜੇ ਸਿੱਖੀ ਸਮਾਗਮ ਹੋਣ ਜਾ ਰਿਹਾ, ਸਿੱਖੀ ਸਮਾਗਮ ਹੋਣ ਜਾ ਰਿਹਾ, ਤੁਹਾਨੂੰ ਜਸਪ੍ਰੀਤ ਰੰਧਾਵਾ ਜੀ ਦਿਖਾਉਣਗੇ, ਇਸ ਦਾ ਜਿਹੜਾ ਬਰੋਸ਼ਰ ਜਾਰੀ ਹੋਇਆ ਹੈ। 21 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਇਹ ਜਿਹੜਾ ਸਮਾਗਮ ਹੈ ਐਕਸਪੀਰੀਅੰਸ ਸਿੱਖੀ ਸਮਾਗਮ, ਇਹ ਬ੍ਰੈਂਪਟਨ ਦੇ ਵਿੱਚ ਹੋਏਗਾ। 416-827-1585 ਟੈਲੀਫੋਨ ਨੰਬਰ 'ਤੇ ਇਹਦੀ ਜਾਣਕਾਰੀ ਲਓ, ਜੋ ਕਿ ਇਹ ਬ੍ਰੈਂਪਟਨ ਦੇ ਵਿੱਚ ਫੇਅਰ ਗਰਾਊਂਡਸ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਸਮਾਗਮ। 12942 ਹਾਰਟ ਲੇਕ ਰੋਡ 'ਤੇ ਜੋ ਫੇਅਰ ਗਰਾਊਂਡਸ, ਉੱਥੇ ਇਹ ਸਿੱਖੀ ਸਮਾਗਮ ਹੋਵੇਗਾ 3 ਦਿਨਾਂ ਦਾ, 21, 22 ਅਤੇ 23 ਜੁਲਾਈ ਨੂੰ। ਬੜੇ ਇਸ ਦੇ ਵਿੱਚ ਵੀ ਜਾ ਕੇ ਤੁਸੀਂ ਲਾਹਾ ਲੈ ਸਕਦੇ ਹੋ ਗੁਰਬਾਣੀ ਦੇ ਸ਼ਬਦ ਦਾ। ਅਤੇ ਟੈਲੀਫੋਨ ਨੰਬਰ ਨੋਟ ਕਰੋ, 416-827-1585 ਟੈਲੀਫੋਨ ਨੰਬਰ ਹੈ। ਸਾਡੇ ਇਸ ਕੈਨੇਡਾ ਦੇਸ਼ ਦੇ ਜਿਹੜੇ ਪ੍ਰੀਮੀਅਰ ਸਾਹਿਬ ਹਨ ਇਹ ਪਹੁੰਚ ਗਏ ਨੇ ਅਲਬਰਟਾ ਦੇ ਵਿੱਚ, ਅਤੇ ਉੱਥੇ ਇਹਨਾਂ ਦੀ ਸਾਲਾਨਾ ਮੀਟਿੰਗ ਹੋਣ ਜਾ ਰਹੀ ਹੈ। ਕਾਫੀ ਸਾਰੇ ਮੁੱਦੇ ਇਸ਼ੂਜ਼ ਉੱਥੇ ਵਿਚਾਰਨ ਦੀ ਗੱਲ ਚੱਲ ਰਹੀ ਹੈ ਵੀ ਇਕੋਨੋਮੀ ਅਤੇ ਜੋਬਸ ਕਿਸ ਤਰ੍ਹਾਂ ਹਾਂਜੀ ਕ੍ਰੀਏਟ ਕਰਨੀਆਂ, ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨੀਆਂ। ਇਸ ਦੇ ਨਾਲ ਹੀ ਲੇਕਿਨ ਕਿ ਭਈ ਅਮੈਰੀਕਾ ਦੇ ਨਾਲ ਸੰਬੰਧ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਧੀਆ ਹੋਣ, ਇਹ ਵੀ ਉੱਥੇ ਮੁੱਦੇ ਵਿਚਾਰੇ ਜਾਣੇ ਹਨ। ਅਤੇ ਉਸ ਦੇ ਵਿੱਚ ਮੁੱਖ ਮੰਤਰੀਆਂ ਦੀ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਅਲਬਰਟਾ ਦੇ ਵਿੱਚ ਪਹੁੰਚੇ ਹੋਏ ਨੇ। ਅਤੇ ਉਸ ਦੇ ਨਾਲ ਹੀ ਫਿਰ ਲੇਕਿਨ ਕਿ ਉੱਧਰ ਅਮੈਰੀਕਾ ਦੇ ਵਿੱਚ ਕਾਫੀ ਸਰਗਰਮੀ ਹੈ ਕਿ ਡੋਨਲਡ ਟਰੰਪ ਸਾਹਿਬ ਪ੍ਰੈਜੀਡੈਂਟ, ਉਹਨਾਂ ਨੇ ਇਹ ਜਿਹੜਾ ਨੈਫਟਾ ਨੈਗੋਸੀਏਸ਼ਨਸ ਦੇ ਲਈ ਅਮੈਰੀਕਾ ਦੇ ਗੋਲ ਜਿਹੜੇ ਟੀਚੇ ਉਹਨਾਂ ਨੇ ਮਿੱਥੇ ਨੇ ਉਹ ਜਾਰੀ ਕਰ ਦਿੱਤੇ ਨੇ, ਜਿਹੜੀ ਕਿ ਕੈਨੇਡਾ ਵਾਸਤੇ ਵੈਸੇ ਕੋਈ ਬਹੁਤੀ ਬੈਡ ਨਿਊਜ਼ ਨਹੀਂ ਹੈਗੀ ਜੇ ਉਹਨੂੰ ਆਪਾਂ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਰਿਵਿਊ ਕਰੀਏ ਤਾਂ। ਸੋ ਵੀ ਖਾਸ ਤੌਰ 'ਤੇ ਉਹ ਆਪਣੀਆਂ ਜਿਹੜੀਆਂ ਅਮੈਰੀਕਨ ਡੇਅਰੀ ਪ੍ਰੋਡਕਟਸ ਜਾਂ ਐਗਰੀਕਲਚਰ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹਦੇ ਲਈ ਇਨਕਰੀਜ਼ਡ ਐਕਸੈਸ ਚਾਹੁੰਦੇ ਨੇ, ਮਤਲਬ ਉਹ ਚਾਹੁੰਦੇ ਨੇ ਵੀ ਕੈਨੇਡਾ ਦੇ ਵਿੱਚ ਉਹ ਆਪਣੀਆਂ ਡੇਅਰੀ ਪ੍ਰੋਡਕਟਸ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਜ਼ਿਆਦੀਆਂ ਭੇਜ ਸਕਣ, ਖੇਤੀ ਹਾਂਜੀ ਸਬਜ਼ੀਆਂ ਫਲ ਬਾਕੀ ਸਭ ਕੁਝ ਉਹ ਵੀ ਉਹ ਜ਼ਿਆਦਾ ਭੇਜ ਸਕਣ। ਡਿਮਾਂਡ ਇਹ ਕੀਤੀ ਜਾ ਰਹੀ ਆ ਵੀ ਜਿਹੜਾ ਅਮੈਰੀਕਨ ਪ੍ਰੋਡਕਟਸ 'ਤੇ ਕੈਨੇਡੀਅਨ ਟੈਕਸ ਲੱਗਦਾ ਉਹ ਟੈਕਸ ਫਰੀ ਜਿਹੜੀਆਂ ਵਸਤਾਂ ਹਨ ਉਹਨਾਂ ਦੀ ਲਿਸਟ ਲੰਬੀ ਹੋਣੀ ਚਾਹੀਦੀ ਆ। ਸੋ ਜ਼ਿਆਦਾ ਅਮੈਰੀਕਨ ਵਸਤਾਂ 'ਤੇ ਟੈਕਸ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ ਤਾਂ ਕਿ ਮੋਰ ਜਿਹੜੀਆਂ ਅਮੈਰੀਕਨ ਪ੍ਰੋਡਕਟਸ ਹੈ
ਉਹ ਕੈਨੇਡਾ ਦੇ ਵਿੱਚ ਉਹ ਐਕਸਪੋਰਟ ਕਰ ਸਕਣ, ਕੈਨੇਡਾ ਦੇ ਵਿੱਚ ਉਹ ਇੰਪੋਰਟ ਕਰ ਸਕਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਪ੍ਰਮੁੱਖ ਤੌਰ 'ਤੇ ਡੋਨਲਡ ਟਰੰਪ ਸਾਹਿਬ ਦੀ ਇੱਛਾ ਹੈਗੀ ਹੈ। ਨੈਫਟਾ 'ਤੇ ਜਿਹੜੀ ਨੈਗੋਸੀਏਸ਼ਨਜ਼ ਆ ਉਹ 16 ਅਗਸਤ ਨੂੰ ਆਰੰਭ ਹੋਣਗੀਆਂ। ਕੈਨੇਡਾ ਦੀ ਗਵਰਨਮੈਂਟ ਵੈਸੇ ਵਾਚ ਕਰ ਰਹੇ ਨੇ, ਕਿਉਂਕਿ ਜਿੰਨੀ ਕੁ ਸਾਡੀ ਇੱਕ ਗੱਲਬਾਤ ਹੁੰਦੀ ਹੈ ਮੰਤਰੀ ਸਾਹਿਬਾਨਾਂ ਦੇ ਨਾਲ, ਪਿਛਲੇ ਸਮੇਂ ਦੇ ਵਿੱਚ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ। ਅਮਰੀਕਾ ਦੇ ਦੌਰੇ ਬੜੇ ਉਲੀਕੇ ਜਾ ਰਹੇ ਆ, ਹਾਂਜੀ ਹੋਏ ਆ ਪਿਛਲੇ ਸਮੇਂ ਦੇ ਵਿੱਚ, ਅਤੇ ਥੋੜ੍ਹਾ ਜਿਹਾ ਵਾਚ ਕੀਤਾ ਜਾ ਰਿਹਾ। ਇਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਅਮਰੀਕਾ ਦੇ ਨਾਲ ਵੱਧ ਤੋਂ ਵੱਧ ਜਿਹੜੇ ਆ ਬਾਰਡਰ ਟ੍ਰੇਡ ਦੇ ਰਿਲੇਸ਼ਨ ਹਨ ਉਹ ਵਧੀਆ ਰਹਿ ਸਕਣ। ਸੋ ਫਿਰ ਲੇਕਿਨ ਕਿ ਹਜੇ ਨੈਫਟਾ ਦੇ ਬਾਰੇ ਕੈਨੇਡਾ ਦੀ ਚੋਇਸ ਕੀ ਆ ਇਹ ਅਜੇ ਡਿਸਕਲੋਜ਼ ਨਹੀਂ ਕੀਤਾ ਸਾਡੀ ਗਵਰਨਮੈਂਟ ਨੇ, ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਗੇ। ਪਰ ਅੱਜ ਇਹ ਜਿਹੜਾ ਨੈਫਟਾ ਦੇ ਨੈਗੋਸੀਏਸ਼ਨਸ ਤੋਂ ਅਮਰੀਕਾ ਦੀ ਗਵਰਨਮੈਂਟ ਕੀ ਆਸ ਰੱਖਦੀ ਹੈ ਇਹ ਡੋਨਲਡ ਟਰੰਪ ਸਾਹਿਬ ਨੇ ਥੋੜ੍ਹਾ ਜਿਹਾ ਜ਼ਰੂਰ ਡਿਸਕਲੋਜ਼ ਕੀਤਾ ਹੈ। ਬਹੁਤ ਬਹੁਤ ਧੰਨਵਾਦ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਅਸੀਂ ਕੁਝ ਇੱਕ ਸੰਦੇਸ਼ ਲਵਾਂਗੇ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਵਾਪਸ ਪਰਤਦੇ ਹਾਂ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਜੋ ਲਾਈਵ ਸ਼ੋਅ ਅਜੇ ਤੁਹਾਡੀ ਸੇਵਾ ਦੇ ਵਿੱਚ 9 ਵਜੇ ਤੱਕ ਪੇਸ਼ ਕੀਤਾ ਜਾਵੇਗਾ।